ਕੌਮੀ ਇਨਸਾਫ ਮੋਰਚੇ ਦੇ ਆਗੂ ਗਵਰਨਰ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਬਾਹਰ ਆਏ ਨੇ, ਗੱਲਬਾਤ ਕਰਦੇ ਹਾਂ ਕਿ ਆਖਿਰ ਕੀ ਕੁਝ ਮੀਟਿੰਗ ਤੋਂ ਬਾਅਦ ਚਰਚਾ। ਕੇਵਲ ਮਾਰਚ ਦੇ ਲਈ ਨਹੀਂ, ਪੰਜਾਬ ਤੇ ਸਿੱਖ ਭਾਈਚਾਰਾ 75 ਸਾਲਾਂ ਤੋਂ ਸੰਤੁਸ਼ਟ ਨਹੀਂ। ਅਸੀਂ ਸਮੁੱਚੇ ਤੌਰ ਤੇ ਜੋ 75 ਸਾਲਾਂ ਦੀ ਸਮੱਸਿਆ ਹੈ ਉਹਦੇ ਬਾਰੇ ਵਿਚਾਰ ਕੀਤੀ, ਸਿੱਖਾਂ ਦੇ ਵਿੱਚ ਜੋ ਬੇਚੈਨੀ ਹੈ ਉਹਦੇ ਬਾਰੇ ਕੇਸ ਰੱਖਿਆ। ਜਿਹੜੇ ਇਸ ਮੋਰਚੇ ਦੇ ਕੌਮੀ ਇਨਸਾਫ ਮੋਰਚੇ ਦੇ 3 ਮੁੱਦੇ ਆ ਉਹਨਾਂ ਬਾਰੇ 'ਚ ਅਸੀਂ ਉਹਨਾਂ ਕੋਲ ਆਪਣਾ ਕੇਸ ਰੱਖਿਆ। ਅੱਜ ਭਾਵੇਂ ਵਰਤਮਾਨ ਮੁੱਦੇ ਜਿਹੜਾ ਕੱਲ੍ਹ 15 ਅਗਸਤ ਦੇ ਸੰਬੰਧ 'ਚ ਸੀ, ਅਸੀਂ ਆਪਣਾ ਪੱਖ ਰੱਖਿਆ। ਅਸੀਂ ਧੰਨਵਾਦੀ ਹਾਂ ਗਵਰਨਰ ਸਾਹਿਬ ਦੇ, ਉਹਨਾਂ ਨੇ ਬਹੁਤ ਹਾਂ ਪੱਖੀ ਹੁੰਗਾਰਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਅਤੇ ਇਸੇ ਤਰ੍ਹਾਂ ਕੇਂਦਰ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਅਤੇ ਪੂਰੀ ਜ਼ਿੰਮੇਵਾਰੀ ਨਾਲ ਕਿਹਾ ਕਿ ਮੈਂ ਮਸਲੇ ਹੱਲ ਕਰਾਉਣ ਲਈ ਜੋ ਮੇਰਾ ਰੋਲ ਬਣਦਾ ਮੈਂ ਉਹ ਨਿਭਾਵਾਂਗਾ ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ 1, 2, 3, 4 ਜਿੰਨੇ ਵਾਰੀ ਵੀ ਹੋਏਗੀ ਜਾਰੀ ਰਹੇਗਾ ਇਸ ਮਸਲੇ ਦੇ ਹੱਲ ਲਈ। ਧੰਨਵਾਦ ਜੀ ਸਰਦਾਰ ਜਸਕਰਨ ਸਿੰਘ ਨੂੰ ਬੇਨਤੀ ਹੈ। ਅਤੇ ਅੱਜ ਅਸੀਂ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਦੇ ਵਿੱਚ 5 ਮੈਂਬਰੀ ਵਫਦ ਮਿਲਿਆ ਜਿਹਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਜਿਹੜੇ ਮੋਰਚੇ ਦੇ ਸਾਡੇ ਸਰਗਰਮ ਆਗੂ ਨੇ, ਗੁਰਦੀਪ ਸਿੰਘ ਜੀ ਬਠਿੰਡਾ ਉਹ ਵੀ ਮੋਰਚੇ ਦੇ ਆਗੂ ਅਤੇ ਸ਼ੇਰੇ ਪੰਜਾਬ ਦੇ ਪ੍ਰਧਾਨ ਨੇ, ਬਾਪੂ ਗੁਰਚਰਨ ਸਿੰਘ ਜੀ, ਸੁੱਖ ਗਿੱਲ ਜੀ ਅਤੇ ਸ਼੍ਰੀ ਅਜੀਤ ਲੱਖਾ ਜੀ ਇਹ ਮਿਲੇ ਆ, ਲੱਕੜਾ ਜੀ ਮਿਲੇ ਆ। ਗੱਲ ਬੜੀ ਵਧੀਆ ਹੋਈ ਆ, ਸਾਨੂੰ ਗਵਰਨਰ ਸਾਹਿਬ ਨੇ ਬਹੁਤ ਸ਼ਿੱਦਤ ਨਾਲ ਸੁਣਿਆ, ਬੇਸ ਤੌਰ 'ਤੇ ਸਾਡੀਆਂ ਸਾਰੀਆਂ ਉਹਨਾਂ ਨੇ ਗੱਲਾਂ ਸੁਣੀਆਂ। ਅਸੀਂ ਕਿਹਾ ਸੀ ਜਿਹੜੇ ਸਾਡੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ। ਪਹਿਲਾਂ ਕੁੱਲ ਸਾਡੇ 88 ਸਿੰਘ ਸੀਗੇ, ਫਿਰ ਮੋਰਚਾ ਆਪਣਾ ਬਾਪੂ ਸੂਰ ਸਿੰਘ ਦਾ ਲੱਗਿਆ ਉਹਦੇ ਵਿੱਚ ਰਿਹਾ ਹੋਏ, ਬਗਰਾੜੀ ਮੋਰਚਾ ਲੱਗਿਆ ਉਹਦੇ 'ਚ ਰਿਹਾ ਹੋਏ, ਹੁਣ ਵੀ ਸਾਡੇ ਸਿੰਘ ਆ ਜਿਹੜੇ ਰਹਿੰਦੇ ਆ ਬਾਕੀ ਦੇ, ਭਾਈ ਜਗਤਾਰ ਸਿੰਘ ਜੀ ਹਵਾਰਾ ਸਾਡੀ ਕੌਮ ਦੇ ਜਿਹੜੇ ਜਥੇਦਾਰ ਹੈ, ਪਰਮਜੀਤ ਸਿੰਘ ਜੀ ਭਿਓਰਾ, ਭਾਈ ਲਖਵਿੰਦਰ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਬਲਵੰਤ ਸਿੰਘ ਜੀ ਰਾਜਵਾਣਾ, ਇਹ ਜਿਹੜੇ ਸਾਰੇ ਜਿਹੜੇ ਸਾਰੇ ਸਿੰਘ ਹੈ ਇਹ ਰਿਹਾ ਕੀਤੇ ਜਾਣ। ਅਸੀਂ ਇਹ ਵੀ ਕਿਹਾ ਕਿ ਇਹ ਸਾਡਾ ਰਾਈਟ ਹੈ, ਇਹ ਸਾਡਾ ਰਾਈਟ ਹੈ, ਜਦੋਂ ਕਿ ਉਹਨਾਂ ਨੇ 25-25 ਸਾਲਾਂ ਤੋਂ ਜੇਲ੍ਹਾਂ ਕੱਟ ਲਈਆਂ, ਇਹ ਸਾਡਾ ਰਾਈਟ ਹੈ, ਰਾਈਟ ਸਾਨੂੰ ਦਿੱਤਾ ਜਾਵੇ। ਅਤੇ ਅਸੀਂ NSA ਜਿਹੜੀ ਅੰਮ੍ਰਿਤਪਾਲ 'ਤੇ ਲਾਈ ਹੈ, ਡਿਬਰੂਗੜ੍ਹ ਭੇਜਿਆ, ਉਹਨਾਂ ਦੀ ਵੀ ਗੱਲ ਅਸੀਂ ਉਸ ਮੈਮੋਰੈਂਡਮ ਦੇ ਵਿੱਚ ਕੀਤੀ ਹੈ। ਅਤੇ ਹੋਰ ਜਿੰਨੇ ਵੀ 26 ਸਿੰਘ ਹੋਰ ਜੇਲ੍ਹਾਂ ਦੇ ਵਿੱਚ ਪੰਜਾਬ ਦੀਆਂ 'ਚ ਅੰਮ੍ਰਿਤਸਰ ਹੈ ਉਹਨਾਂ ਦੀ ਵੀ ਅਸੀਂ ਗੱਲ ਕੀਤੀ ਹੈ। ਗਵਰਨਰ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਕਿ ਮੈਂ ਇਸ ਗੱਲ ਨੂੰ ਸਾਰੀ ਨੂੰ ਵਾਚ ਕਰੂੰਗਾ, ਇੱਕ ਨਹੀਂ 2 ਵਾਰੀ ਮੀਟਿੰਗਾਂ ਕਰਾਂਗੇ। ਮੈਂ ਪੰਜਾਬ ਦਾ ਜਿਹੜਾ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਸਿੱਖਾਂ ਦੀ ਕੁਰਬਾਨੀ ਹੈ ਅਤੇ ਉਹਨਾਂ ਨੇ ਸਾਨੂੰ ਸੁਣਿਆ, ਇਸ ਕਰਕੇ ਅਸੀਂ ਇਸ ਸੰਬੰਧ ਦੇ ਵਿੱਚ ਅੱਜ ਮੀਟਿੰਗ ਕਰਕੇ ਆਏ। ਮੀਟਿੰਗ ਪੋਜ਼ਿਟਿਵ ਹੋਈ ਹੈ, ਪਤਾ ਨਹੀਂ ਨਤੀਜਾ ਤਾਂ ਕੀ ਨਿਕਲਦਾ, ਮੀਟਿੰਗ ਅੱਜ ਪੋਜ਼ਿਟਿਵ ਹੋਈ ਹੈ ਅਤੇ ਇਹ ਸਾਨੂੰ ਉਹਨਾਂ ਨੇ ਪੂਰਾ ਇਸ ਸੰਬੰਧ ਦੇ ਵਿੱਚ ਜਿਹੜਾ ਭਰੋਸਾ ਦਵਾਇਆ। ਅਤੇ ਹੁਣ ਬਾਪੂ ਜੀ ਆ ਗਏ, ਬਾਪੂ ਜੀ ਤੁਹਾਨੂੰ ਦੱਸਣਗੇ। 7 ਜਨਵਰੀ 2023 ਤੋਂ ਕੌਮੀ ਇਨਸਾਫ਼ ਮੋਰਚਾ ਲੱਗਿਆ ਕੌਮੀ ਮੁੱਦਿਆਂ ਨੂੰ ਲੈ ਕੇ। ਸੋ ਉਸ ਕੌਮੀ ਇਨਸਾਫ਼ ਮੋਰਚੇ ਦੀ ਇੱਕ ਵੀ ਗੱਲ, ਭਾਵੇਂ ਪੰਜਾਬ ਦੀ ਸਰਕਾਰ ਹੈ, ਭਾਵੇਂ UT ਦੀ ਸਰਕਾਰ ਹੈ ਜਾਂ ਸੈਂਟਰ ਦੀ ਸਰਕਾਰ ਹੈ, ਉਹਨੂੰ ਬਿਲਕੁਲ ਸੁਣ ਨਹੀਂ ਰਹੀ, ਇਗਨੋਰ ਕਰ ਰਹੀ ਹੈ।
ਸੋ ਜਿਹੜਾ ਹੁਣ ਅਸੀਂ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਨੂੰ ਰੋਸ ਦਿਵਸ ਮਨਾਉਣ ਦਾ ਪ੍ਰੋਗਰਾਮ ਦਿੱਤਾ ਸੀ, ਉਹਦੇ ਕਰਕੇ ਸਾਡਾ ਪ੍ਰੈਸ਼ਰ ਬਣਿਆ ਸਰਕਾਰਾਂ 'ਤੇ। ਸਰਕਾਰਾਂ ਦਾ ਇੱਕੋ ਇੱਕ ਨਿਕਾਤੀ ਪ੍ਰੋਗਰਾਮ ਹੈ ਵੀ ਉਹਨੂੰ ਕਿਸੇ ਤਰ੍ਹਾਂ ਨਾ ਕਿਸੇ ਤਰ੍ਹਾਂ ਕੈਂਸਲ ਕਰਾਇਆ ਜਾਵੇ। ਸੋ ਅੱਜ ਦੀ ਜਿਹੜੀ ਸਵੇਰੇ ਮੀਟਿੰਗ ਹੋਈ ਹੈ ਪੰਜਾਬ ਪ੍ਰਸ਼ਾਸਨ ਨਾਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ, ਹੁਣ ਉਸ ਤੋਂ ਬਾਅਦ ਗਵਰਨਰ ਸਾਹਿਬ ਨਾਲ ਮੀਟਿੰਗ ਹੋਈ ਹੈ। ਸੋ ਉਹਨਾਂ ਨੇ ਸਾਡੇ ਮਸਲੇ ਨੂੰ ਸੁਣਿਆ, ਧਿਆਨ ਨਾਲ ਸੁਣਿਆ, ਵਿਸ਼ਵਾਸ ਵੀ ਦਵਾਇਆ ਵੀ ਅਸੀਂ ਆਉਣ ਵਾਲੇ ਦਿਨਾਂ 'ਤੇ ਇਸ 'ਤੇ ਜ਼ਰੂਰ ਗੌਰ ਕਰਾਂਗੇ। ਪਰੰਤੂ 11 ਜਨਵਰੀ 2022 ਨੂੰ ਜਦੋਂ ਅਸੀਂ ਇੱਕ ਰੋਸ ਮਾਰਚ ਲੈ ਕੇ ਆਏ ਸੀ ਫਤਿਹਗੜ੍ਹ ਸਾਹਿਬ ਤੋਂ, ਉਦੋਂ ਦੇ ਵੀ ਮੌਕੇ 'ਤੇ ਗਵਰਨਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਵੀ ਜਿਨ੍ਹਾਂ ਦੀ ਕਸਟਡੀ 25 ਸਾਲ ਤੋਂ ਉੱਪਰ ਹੋ ਗਈ ਉਹਨਾਂ ਦੀ ਰਿਹਾਈਆਂ ਮੈਂ ਕਰਵਾਵਾਂਗਾ। ਦੀਪ ਸਿੱਧੂ ਉਸ ਡੈਪੂਟੇਸ਼ਨ 'ਚ ਸ਼ਾਮਿਲ ਸੀ। ਦੀਪ ਸਿੱਧੂ ਨੇ ਪੁੱਛਿਆ, ਜਨਾਬ ਦੁਆਰੇ ਮਿਲਣ ਦੀ ਲੋੜ ਹੈ ਇਸ ਮਸਲੇ 'ਤੇ? ਉਹਨਾਂ ਨੇ ਛਾਤੀ 'ਤੇ ਹੱਥ ਰੱਖ ਕੇ ਕਿਹਾ ਸੀ, ਮੈਂ ਗਵਰਨਰ ਬਾਤ ਕਰ ਰਹਾ ਹੂੰ, ਜੋ ਹਮਨੇ ਕਹਿ ਦਿਆ ਹੋਏਗਾ। ਪਰੰਤੂ ਅੱਜ 19 ਮਹੀਨੇ ਹੋ ਗਏ ਮੋਰਚਾ ਲੱਗੇ ਨੂੰ, ਸਰਕਾਰਾਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਸੋ ਅੱਜ ਉਹਨਾਂ ਨੇ ਸੁਣੀ ਹੈ, ਦੇਖੋ ਅੱਗੇ ਇਹਦੇ ਕੀ ਰਿਜ਼ਲਟ ਨਿਕਲਦੇ ਹੈ। ਅਸੀਂ ਉਦੋਂ ਤੱਕ ਜਿਹੜੀਆਂ ਸਰਕਾਰਾਂ ਇੰਨੀਆਂ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ, ਉਹਨਾਂ ਸਿੱਖਾਂ ਨੂੰ ਅੱਜ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਕਿਉਂਕਿ ਸਾਡੇ ਵਾਸਤੇ ਕਾਨੂੰਨ ਹੋਰ ਵਰਤਾਅ ਕਰ ਰਿਹਾ, ਬਹੁਤ ਗਿਣਤੀ ਵਾਸਤੇ ਹੋਰ ਕਰ ਰਿਹਾ। ਸੋ ਪਿਛਲੇ ਦਿਨ ਇੱਕ BJP ਦਾ MLA ਵੀ ਸਮੇਂ ਤੋਂ ਪਹਿਲਾਂ 4 ਸਾਲ ਬਾਅਦ ਜਿਹਨੂੰ ਉਮਰ ਕੈਦ ਹੋਈ ਹੈ ਉਹ ਰਿਹਾਅ ਕੀਤਾ ਗਵਰਨਰ ਨੇ, ਪਰੰਤੂ ਸਾਡੇ ਜਿਹੜੇ ਡਬਲ ਸਜ਼ਾਵਾਂ ਕੱਟ ਕੇ ਉਹਨਾਂ ਨੂੰ ਰਿਹਾਅ ਨਹੀਂ ਕਰ ਰਹੇ। ਸੋ ਸਾਡਾ ਜਿਹੜਾ ਇਹ ਰੋਸ ਹੈ ਉਹ ਜਾਰੀ ਰਹੇ। ਇੱਕ ਗੱਲ ਅਸੀਂ ਹੋਰ ਕਹਿਣਾ ਚਾਹੁੰਦੇ ਹਾਂ, ਪੰਜਾਬ ਦੇ ਮੁੱਖ ਮੰਤਰੀ ਦੇ ਰਵੱਈਏ ਦੀ ਗੈਰ ਜਮਹੂਰੀਅਤ ਅਤੇ ਗੈਰ ਜ਼ਿੰਮੇਵਾਰ, 18 ਮਹੀਨਿਆਂ ਤੋਂ ਕੋਈ ਪੰਜਾਬ ਦੇ ਲੋਕ ਬੈਠੇ ਹੋਣ ਅਤੇ ਕੋਈ ਸਰਕਾਰ ਗੱਲ ਨਾ ਸੁਣੇ, ਉਸ ਗੱਲ ਨੂੰ ਅਸੀਂ ਬਹੁਤ ਜ਼ੋਰ ਨਾਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦਾ ਗੈਰ ਜ਼ਿੰਮੇਦਾਰ ਰਵੱਈਆ ਹੈ ਉਹਨੂੰ ਗਵਰਨਰ ਸਾਹਿਬ ਕੋਲ ਰੱਖਿਆ। ਧੰਨਵਾਦ। ਦੇਖੋ ਅੱਜ ਦੀ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਹਿੰਦੂ ਭਾਈਚਾਰੇ ਦੇ ਉੱਤੋਂ ਵਿੱਚੋਂ ਲੁਧਿਆਣੇ ਤੋਂ ਬਕਾਇਦਾ 2 ਨੁਮਾਇੰਦੇ ਜਿਹੜੇ ਹੈਗੇ ਆ ਉਹਨਾਂ ਨੇ ਵੀ ਪੰਜਾਬ ਦੇ ਗਵਰਨਰ ਸਾਹਿਬ ਨੂੰ ਇਹ ਕਿਹਾ ਕਿ ਪੰਜਾਬ ਦੇ ਜਿਹੜੇ ਹਾਲਾਤ ਹੈ ਜੇ ਇਹਨਾਂ ਨੂੰ ਸਿਖਾਵੇਂ ਕਰਨਾ, ਸਦਭਾਵਨਾ ਵਾਲੇ ਬਣਾਉਣਾ, ਔਰ ਇੱਥੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਖੁਸ਼ਹਾਲ ਹੋਵੇ, ਵੱਧ ਤੋਂ ਵੱਧ ਇੱਥੇ ਨਿਵੇਸ਼ ਹੋਵੇ, ਤਾਂ ਤੁਹਾਨੂੰ ਇਹ ਜਿਹੜੇ ਸਮੁੱਚੇ ਸਿੱਖਾਂ ਦੀਆਂ ਮਜਬੂਰੀਆਂ ਨੇ, ਮੁਸ਼ਕਲਾਂ ਨੇ, ਹਾਲਾਤ ਨੇ, ਉਹਨਾਂ ਦੇ ਉੱਤੇ ਜੋ ਜ਼ੁਲਮ ਹੋਇਆ ਉਹਦੀ ਗੱਲ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਨਾਲ ਕਰਨੀ ਪਏਗੀ। ਸੋ ਅੱਜ ਅਜੀਤ ਲਾਕੜਾ ਜੀ ਜਿਹੜੇ ਕਿ ਉੱਥੋਂ ਦੇ ਭੀਸ਼ਮ ਪਤਾਮਾ ਜਾਣੇ ਜਾਂਦੇ ਆ ਲੁਧਿਆਣੇ ਦੀ ਇੰਡਸਟਰੀ ਦੇ, ਉਹਨਾਂ ਨੇ ਬਕਾਇਦਾ ਆ ਕੇ ਤਰੁਣ ਜੈਨ ਬਾਬਾ ਨੇ ਗਵਰਨਰ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ। ਔਰ ਦੂਜੀ ਗੱਲ ਇਹ ਹੈ ਕਿ ਅਸੀਂ ਧੰਨਵਾਦ ਕਰਦੇ ਹਾਂ ਚੰਡੀਗੜ੍ਹ ਪ੍ਰਸ਼ਾਸਨ ਦਾ, ਪੁਲਿਸ ਪ੍ਰਸ਼ਾਸਨ ਦਾ, ਵਿਸ਼ੇਸ਼ ਤੌਰ 'ਤੇ SSP ਮੈਡਮ ਦਾ, ਜਿਨ੍ਹਾਂ ਨੇ ਇਸ ਮੀਟਿੰਗ ਦੇ ਲਈ ਪਹਿਲਕਦਮੀ ਕੀਤੀ। ਕਿਉਂਕਿ ਕੋਈ ਵੀ ਗੱਲ ਹੈ, ਦੇਖੋ ਗੱਲਬਾਤ ਸਾਡੀ ਪੰਜਾਬ ਪੁਲਿਸ ਦੇ ਅਫਸਰਾਂ ਨਾਲ ਵੀ ਹੋਈ ਹੈ, ਇੱਕ ਵਾਰੀ ਨਹੀਂ ਹੋਈ, 3 ਮੀਟਿੰਗਾਂ ਹੋ ਚੁੱਕੀਆਂ, ਪਰੰਤੂ ਪੰਜਾਬ ਦੇ ਮੁੱਖ ਮੰਤਰੀ ਨੇ ਸਾਨੂੰ ਸਮਾਂ ਨਹੀਂ ਦਿੱਤਾ। ਅਸੀਂ ਜਿੱਥੇ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਰੱਖੀਆਂ ਉੱਥੇ ਇਹ ਗੱਲ ਵੀ ਗਵਰਨਰ ਸਾਹਿਬ ਨੂੰ ਕਹੀ ਹੈ ਕਿ ਤੁਸੀਂ ਇੱਕ ਸੰਵਿਧਾਨਕ ਮੁਖੀ ਹੋ ਸਟੇਟ ਦੇ, ਤੁਸੀਂ ਜਿਹੜਾ ਹੈਗਾ ਉਹ ਮੁੱਖ ਮੰਤਰੀ ਨੂੰ ਕਹੋ ਕਿ 18 ਮਹੀਨਿਆਂ ਤੋਂ ਲੋਕ ਸੜਕਾਂ 'ਤੇ ਬੈਠੇ ਹੋਣ ਔਰ ਤੁਸੀਂ ਉਹਨਾਂ ਦੇ ਨਾਲ ਜਾ ਕੇ ਗੱਲ ਵੀ ਨਹੀਂ ਕਰਦੇ। ਸੋ ਪੰਜਾਬ ਸਰਕਾਰ ਦਾ ਜਿਹੜਾ ਰਵੱਈਆ ਹੈਗਾ ਉਹ ਨਾ ਪੱਖੀ ਹੈ। 24 ਫਰਵਰੀ 2023 ਨੂੰ ਦੋ ਮਿਨਿਸਟਰਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ,
ਉਹਦੇ ਚੋਂ ਕੋਈ ਵੀ ਗੱਲ ਉਹਨਾਂ ਨੇ ਪੰਜ ਬੰਦੀ ਸਿੰਘ ਨੇ ਜਿਹੜੇ ਲੰਬੇ ਸਮੇਂ ਤੋਂ ਅੰਦਰ ਨੇ ਉਹਨਾਂ ਨੂੰ ਰਿਲੀਜ਼ ਕਰਨ ਦੀ ਗੱਲ ਕਹੀ ਸੀ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਲਿਆਉਣ ਦੀ ਗੱਲ ਕਹੀ ਸੀ, ਔਰ ਇਹਦੇ ਨਾਲ ਜਿਹੜੇ ਬਾਕੀ ਦੇ ਮਤਲਬ 30-30 ਸਾਲਾਂ ਤੋਂ ਅੰਦਰ ਨੇ ਉਹਨਾਂ ਸਾਰਿਆਂ ਸੰਬੰਧੀ ਜਿਹੜਾ ਹੈਗਾ ਭਵਿੱਖ ਦੇ ਵਿੱਚ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਰਿਲੀਜ਼ ਕਰਾਉਣ ਦੀ ਗੱਲ ਕਹੀ ਸੀ, ਪਰੰਤੂ ਉਹਨਾਂ ਦੇ ਵਿੱਚੋਂ ਕੋਈ ਮੰਗ ਵੀ ਜਿਹੜੀ ਆ ਉਹ ਨਹੀਂ ਪੂਰੀ ਕੀਤੀ ਗਈ, ਔਰ ਉਸ ਗੱਲ ਨੂੰ ਵੀ ਲਗਭਗ 1.5 ਸਾਲ ਦਾ ਸਮਾਂ ਜਿਹੜਾ ਹੋ ਚੁੱਕਿਆ। ਜਿਹੜਾ ਸਾਡਾ ਪ੍ਰੋਗਰਾਮ ਹੈ, ਪ੍ਰੋਗਰਾਮ ਉਸੇ ਤਰ੍ਹਾਂ ਹੋਏਗਾ, 17 ਸੈਕਟਰ ਦੇ ਵਿੱਚ ਅਸੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਾਂਗੇ। ਗਵਰਨਰ ਸਾਹਿਬ ਦਾ ਜਿਹੜਾ ਮੰਗ ਪੱਤਰ ਸੀਗਾ, ਅਸੀਂ ਧੰਨਵਾਦੀ ਹਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਕਿ ਉਹਨਾਂ ਨੇ ਬਹੁਤ ਹੀ ਸਦਭਾਵਨਾ ਭਰੇ ਮਾਹੌਲ ਦੇ ਵਿੱਚ ਉਹਨਾਂ ਨੂੰ ਦਵਾ ਦਿੱਤਾ, ਔਰ ਉਹਨਾਂ ਨੇ 1 ਘੰਟੇ ਦਾ ਸਮਾਂ ਲਾ ਕੇ ਸਾਰੀਆਂ ਜਿਹੜੀਆਂ ਮੰਗਾਂ ਨੇ, ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸਮਝਿਆ, ਜਿਹਦੇ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਈ ਸਖ਼ਤ ਕਾਨੂੰਨ ਸਮੁੱਚੇ ਧਾਰਮਿਕ ਗ੍ਰੰਥ ਨੇ ਉਹਨਾਂ ਲਈ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਲ 2016 ਅਤੇ 18 ਦੇ ਵਿੱਚ ਪਾਸ ਹੋ ਚੁੱਕਿਆ, ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਦੇ ਨਾਲ ਗੱਲ ਕਰਾਂਗਾ, ਔਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਸੰਬੰਧੀ ਵੀ ਉਹਨਾਂ ਨੇ ਕਿਹਾ ਕਿ ਜੋ ਮੇਰਾ ਰੋਲ ਹੋਏਗਾ ਉਹ ਮੈਂ ਪੂਰਾ ਨਿਭਾਵਾਂਗਾ। ਗੱਲ ਅੱਜ ਹੋਈ ਹੈ, ਇਹ ਦੂਜੀ ਵਾਰ ਵੀ ਹੋਏਗੀ, ਤੀਜੀ ਵਾਰ ਵੀ ਹੋਏਗੀ, ਚੌਥੀ ਵਾਰ ਵੀ ਹੋਏਗੀ, ਔਰ ਬਹੁਤ ਹੀ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ। ਹੁਣ ਜਿਹੜਾ ਸਾਡਾ ਪ੍ਰੋਗਰਾਮ ਹੈ, ਅਸੀਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਪੂਰੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਹੈਗਾ ਉਹ ਆਪਾਂ 17 ਸੈਕਟਰ ਨੀਲਮ ਥੀਏਟਰ ਦੇ ਸਾਹਮਣੇ 11 ਵਜੇ ਇਕੱਠੇ ਹੋਣਾ। ਜਿਹੜਾ ਅਸੀਂ ਇੱਕ ਮੰਗ ਪੱਤਰ ਮਾਨਯੋਗ ਰਾਜਪਾਲ ਜੀ ਨੂੰ ਦੇਣਾ ਸੀ ਉਹ ਅੱਜ ਦਿੱਤਾ ਜਾ ਚੁੱਕਿਆ, ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਦੇਣਾ ਹੈਗਾ ਉਹ ਉਸ ਦਿਨ ਦਿੱਤਾ ਜਾਏਗਾ। ਉਹ ਪ੍ਰੋਗਰਾਮ ਉਸੇ ਤਰ੍ਹਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਪ੍ਰੋਗਰਾਮ ਪੂਰਨ ਤੌਰ 'ਤੇ ਸ਼ਾਂਤਮਈ ਹੋਏਗਾ, ਇਹਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਪੰਜਾਬ ਪੁਲਿਸ ਵੱਲੋਂ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਅੜਿੱਕੇ ਖੜ੍ਹੇ ਨਾ ਕੀਤੇ ਜਾਣ, ਤਾਂ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ, ਕਿਉਂਕਿ ਸਾਰੇ ਪ੍ਰੋਗਰਾਮ 8-9 ਵਜੇ ਖਤਮ ਹੋ ਜਾਂਦੇ ਆ। ਜਿਹੜੇ ਸੈਰਾਮਨੀ ਹੁੰਦੀ ਆ ਆਜ਼ਾਦੀ ਦਿਹਾੜੇ ਦੀ, ਉਹ ਸਾਰੇ ਖਤਮ ਹੋ ਜਾਂਦੇ ਆ। ਸਾਡਾ ਪ੍ਰੋਗਰਾਮ 12 ਵਜੇ ਸ਼ੁਰੂ ਹੋਏਗਾ, ਰਾਜਪਾਲ ਜੀ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਸ ਦਿਨ ਦੇਣਾ, ਉਹ ਅਸੀਂ ਬਹੁਤ ਸ਼ਾਂਤਮਈ ਢੰਗ ਦੇ ਨਾਲ ਦਿਆਂਗੇ। ਬਹੁਤ ਬਹੁਤ ਧੰਨਵਾਦ।